ਜਦੋਂ ਸੁਖਜਿੰਦਰ ਲੋਪੋ ਦੀ ਤੂਤੀ ਬੋਲਣ ਲੱਗੀ ਪੰਜਾਬ 'ਚ ਹਮ ਸੁਖਜਿੰਦਰ ਲੋਪੋ ਵਿਵਾਦ ਦੇ ਘੇਰੇ 'ਚ ਆ ਗਏ 5 ਕਰੋੜ ਦਾ ਘੋੜਾ ਪੰਜਾਬ 'ਚ ਕਿਹਦੇ ਕੋਲੇ ਆ ਸਾਰੇ ਭੇਤ ਖੋਲ ਤੇ ਉਹ ਕਹਿੰਦਾ 70000 ਦੀ ਘੋੜੀ 67 ਲੱਖ ਦਾ ਬੱਚਾ ਕਿਵੇਂ ਦੇ ਦੂ ਜਿਹੜੀ ਸੁਖਜਿੰਦਰ ਲੋਪੋ ਦੀ ਵੱਡੀ ਗੱਲ ਮੈਨੂੰ ਇਹ ਲੱਗਦੀ ਆ ਵੀ ਉਹਨੇ ਬੜੀ ਨਿਮਰਤਾ ਦੇ ਨਾਲ ਮਾਫੀ ਮੰਗੀ ਝੋਲੀ ਅੱਡ ਕੇ ਮਾਫੀ ਮੰਗੀ ਮੈਂ ਆਪਦੇ ਇੱਕ ਇੱਕ ਬੋਲੇ ਹੋਏ ਸ਼ਬਦ ਦੀ ਤੁਹਾਡੇ ਤੋਂ ਸਾਰੀ ਸੰਗਤ ਤੋਂ ਮਾਫੀ ਮੰਗਦਾ। ਇਸ ਤੋਂ ਜ਼ਿਆਦਾ ਮੇਰੀ ਹਿੰਮਤ ਵੀ ਹੈ ਨਹੀਂ ਕਿ ਕੁਝ ਬੋਲਣ ਦੀ ਤੁਹਾਡੇ ਅੱਗੇ। ਮੈਂ ਮਾਫੀ ਮੰਗਦਾ ਤੁਹਾਡੇ ਤੋਂ। ਜੇ ਤੁਸੀਂ ਵੱਡੇ ਆ ਤੁਸੀਂ ਕਰ ਸਕਦੇ ਆ। ਪਹਿਲੂ ਬਾਦ ਵੀਡੀਓ 'ਚ ਵੀ ਇਹ ਗੱਲ ਕਹੀ ਹੈ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕਰਕੇ ਮੇਰੇ ਘਰ ਦੀ ਰੋਟੀ ਚੱਲਦੀ ਆ ਤਾਂ ਤੁਸੀਂ ਮੈਨੂੰ ਕੰਮ ਨਾ ਦਿਓ। ਕਿਸੇ ਨੂੰ ਨਹੀਂ ਇਹ ਗੱਲ ਦਾ ਪਤਾ ਸੀ। ਬਿੱ ਘੋੜੇ ਦੇ ਪੈਰ ਬਣਾਉਣ ਵਾਲਾ ਫੈਰੀਅਰ ਜਿਹਨੂੰ ਕਿਹਾ ਜਾਂਦਾ ਵੀ ਘੋੜੇ ਦੇ ਪੈਰ ਆਹ ਬੰਦਾ ਬਣਾਉਂਦਾ ਹਰ ਬੰਦੇ ਦੇ ਮਨ 'ਚ ਵਹਿਮ ਸੀ ਵੀ ਘੋੜਾ ਰੱਖਣਾ ਬਹੁਤ ਵੱਡੀ ਗੱਲ ਆ ਬਿਲਕੁਲ ਉਹਦੀ ਸਾਂਭ ਸੰਭਾਲ ਵੱਡੀ ਗੱਲ ਆ ਉਹਦੇ ਖਰਚੇ ਬਹੁਤ ਨੇ ਇਹਨਾਂ ਇਹ ਗੱਲ ਕਹੀ ਸਕਿੰਦਰ ਲੋਪ ਨੇ ਕਿ ਕਿਸੇ ਵੀ ਘੋੜੇ ਦੀ ਇੰਨੀ ਰਕਮ ਨਹੀਂ ਹੁੰਦੀ ਦੂਜੀ ਗੱਲ ਏ ਕਹਿੰਦਾ ਇੱਕ ਬੰਦਾ ਤਾਂ ਮੈਨੂੰ 20000 ਰੁਪਏ ਦੇ ਕੇ ਪ੍ਰਮੋਸ਼ਨ ਕਰਾਈ ਜਾਂਦਾ ਅੱਛਾ ਉਸੇ ਏਰੀਏ ਚ ਕਹਿੰਦਾ ਮੈਂ ਆਪਦਾ ਘੋੜਾ ਛੱਡ ਕੇ ਉਹਦਾ ਰਜਗਾਰ ਬੰਦ ਕਰ ਲਾਂ ਇਹ ਵੀ ਹੈ ਇਨਸਾਫ ਨਹੀਂ ਨਾ ਹੈ ਪਰ ਸੁਖਜਿੰਦਰ ਲੋਪੋ ਦਿਨ ਬਰ ਦਿਨ ਵਿਵਾਦਾਂ ਦੇ ਘੇਰੇ ਚ ਆ ਕੇ ਅੱਜ ਸੁਖਜਿੰਦਰ ਲੋਪੋ ਜੇਲਾ ਦੀਆਂ ਸਲਾਖਾਂ ਹੇਠ ਸੁਖਜਿੰਦਰ ਲੋਪੋ ਦੇ ਹੱਥਕੜੀਆਂ ਲੱਗ ਚੁੱਕੀਆਂ ਨੇ ਗ੍ਰਿਫਤਾਰ ਹੋ ਗਿਆ ਖਾਨ ਸਾਹ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੁਖਜਿੰਦਰ ਲੋਪੋ ਦੀ ਮਾਫੀ ਮੰਗਵਾਈ ਜਾਂਦੀ ਹੈ ਆਖਿਰ ਇਹ ਜੜ ਕਿੱਥੇ ਹੈ ਗੱਲ ਕਿੱਥੋਂ ਸ਼ੁਰੂ ਹੋਈ ਹੈ ਅ ਪਰਮਿੰਦਰ ਮੋਗੇ ਜ਼ਿਲ੍ਹੇ ਦਾ ਪਿੰਡ ਆ ਲੋਪੋ ਇੱਕ ਬਹੁਤ ਆਮ ਸੁਧਾਰਨ ਜੇ ਪਰਿਵਾਰ ਦਾ ਨੌਜਵਾਨ ਆ ਜੀਨੇ ਆਮ ਲੋਕਾਂ ਤੱਕ ਘੋੜੇ ਲੈ ਕੇ ਆਂਦੇ ਠੀਕ ਹੈ ਆਮ ਲੋਕਾਂ ਨੂੰ ਕਿਸੇ ਨੂੰ ਜਿਨੇ ਮੇਰੇ ਅਗੇ ਨੇ ਕਦੇ ਘੋੜੇ ਨਹੀਂ ਰੱਖੇ ਉਹਨਾਂ ਨੂੰ ਨਸਲਾਂ ਤੋਂ ਜਾਣੂ ਕਰਵਾਇਆ ਕਿਹੜਾ ਘੋੜੇ ਦੀ ਕਿੰਨੀ ਰਕਮ ਸੁਖਜਿੰਦਰ ਲੋਪੋ ਨੇ ਹਰ ਬੰਦੇ ਤੱਕ ਪਹੁੰਚਦਾ ਠੀਕ ਹੈ ਚਾਹੇ ਉਹਦੀ ਆਪ ਦੀ ਕੋਈ ਭਾਵਨਾ ਇਹ ਸੀ ਵੀ ਉਹਨੇ ਆਪ ਦੀ ਕਮਾਈ ਦਾ ਸਾਧਨ ਹੀ ਬਣਾਇਆ ਹੋਵੇ ਬਿਲਕੁਲ ਪੇਡ ਪ੍ਰਮੋਸ਼ਨ ਕਰਦਾ ਹੋਵੇ ਚਾਹੇ ਬਿਲਕੁਲ ਕਰ ਪਰ ਪ੍ਰਮਿੰਦਰ ਉਹਨੇ ਹਰ ਘੋੜੇ ਬਾਰੇ ਦੱਸਦਾ ਹਾਂ ਕਿਹੜਾ ਫਾਰਮ ਕਿੱਥੇ ਆ ਕਿਹੜਾ ਘੋੜਾ ਕਿਹਦੇ ਕੋਲੇ ਆ ਜਿਹੜੀ ਚੀਜ਼ ਆਮ ਲੋਕਾਂ ਤੱਕ ਨਹੀਂ ਪਹੁੰਚਦੀ ਸੀ ਉਹ ਉਹ ਪਹੁੰਚਦੀ ਘਰਤੀ ਸੁਖਿੰਦਰ ਲੋਕ ਹਰ ਬੰਦੇ ਦੇ ਮਨ 'ਚ ਵਹਿਮ ਸੀ ਵੀ ਘੋੜਾ ਰੱਖਣਾ ਬਹੁਤ ਵੱਡੀ ਗੱਲ ਆ ਬਿਲਕੁਲ ਉਹਦੀ ਸਾਂਭ ਸੰਭਾਲ ਵੱਡੀ ਗੱਲ ਆ ਉਹਦੇ ਖਰਚੇ ਬਹੁਤ ਨੇ ਹਾਂ ਅਕਸਰ ਅਸੀਂ ਸੋਚਦੇ ਵੀ ਹੁੰਦੇ ਸੀ ਘੋੜੇ ਤਾਂ ਬਹੁਤ ਵੱਡੇ ਘਰਾਂ ਵਾਲੇ ਜਾਂ ਰਾਜੇ ਮਹਾਰਾਜੀ ਰੱਖਦੇ ਸੀ ਉਹ ਕਿਤੇ ਹਾਂ ਬਹੁਤ ਗੱਲਾਂ ਸੀ ਹੁਣ ਆਮ ਕਰਤੀਆਂ ਸੀ ਗੱਲਾਂ ਕਿ ਕੋਈ ਵੀ ਵਪਾਰ ਕਰ ਸਕਦਾ ਕਿੰਨਾ ਆਮ ਆ ਵੀ ਅਗਲਾ ਕਹਿੰਦਾ ਤੁਸੀਂ ਘੋੜਿਆਂ ਵਾਲੇ ਸਰਦਾਰ ਬਿਲਕੁਲ ਪਰ ਉਹਨੇ ਹਰ ਬੰਦੇ ਦੇ ਸ਼ੌਂਕ ਵਾਸਤੇ ਘੋੜਾ ਅਗਲੇ ਦੇ ਸਾਹਮਣੇ ਪੇਸ਼ ਕਰਤਾ ਵੀ ਜਿੰਨੀ ਬੰਦੇ ਦੀ ਗੰਜੈਸ਼ ਆ ਉਹ ਘੋੜਾ ਰੱਖ ਸਕਦਾ ਹਾਂ ਪ੍ਰਵਿੰਦਰ ਇਸ ਬੰਦੇ ਨੇ ਹਰ ਘੋੜੇ ਦੀ ਨਸਲ ਨੂੰ ਕਿਹੜੇ ਸਰਦਾਰ ਕੋਲੇ ਕਿਹੜਾ ਘੋੜਾ ਤੇ ਕਿੱਥੇ ਆ? ਉਹ ਸਾਰੇ ਭੇਦ ਖੋਲ ਸਾਰੇ ਭੇਦ ਖੋਲੇ। ਬਿਲਕੁਲ ਆਮ ਬੰਦੇ ਤੱਕ ਜਾਣਕਾਰੀ ਦੇਤੀ। ਮੇਰੇ ਅਰਗੇ ਦੇ ਮਨ ਚ ਵਹਿਮ ਚੱਕਿਆ ਗਿਆ ਵੀ ਘੋੜਾ ਬਾਈ ਜੀ 50000 ਤੋਂ ਵੀ ਸ਼ੁਰੂ ਹੋ ਜਾਂਦਾ ਘੋੜਾ 30000 ਤੋਂ ਵੀ ਸ਼ੁਰੂ ਹੋ ਜਾਂਦਾ। ਲੱਖਾਂ ਚ ਵੀ ਪਿਆ। ਲੱਖਾਂ ਚ ਵੀ ਪਿਆ। ਹਨਾ ਘੋੜੇ ਦੀ ਨਸਲ ਦੇ ਹਿਸਾਬ ਦੇ ਨਾਲ। ਪਰ ਗੱਲ ਇਹ ਆ ਕਿ ਜਦੋਂ ਇਹਨੇ ਕੰਮ ਸ਼ੁਰੂ ਕੀਤਾ ਹੂੰ ਉਦੋਂ ਬਾਅਦ ਇਹਨੇ ਕੱਲੇ-ਕੱਲੇ ਬੰਦੇ ਨੂੰ ਰੁਜ਼ਗਾਰ ਦਿੱਤਾ। ਇਹ ਵੀ ਆ ਕਿਸੇ ਨੂੰ ਨਹੀਂ ਇਹ ਗੱਲ ਦਾ ਪਤਾ ਸੀ। ਬੀ ਘੋੜੇ ਦੇ ਪੈਰ ਬਣਾਉਣ ਵਾਲਾ ਫੈਰੀਅਰ ਜੀ ਨੂੰ ਕਿਹਾ ਜਾਂਦਾ ਵੀ ਘੋੜੇ ਦੇ ਪੈਰ ਆ ਬੰਦਾ ਬਣਾਉਂਦਾ ਹੂੰ ਘੋੜੇ ਨੂੰ ਆ ਚੀਜ਼ ਚਾਹੀਦੀ ਹੈ ਤੇ ਆ ਨਹੀਂ ਚਾਹੀਦੀ ਠੀਕ ਹੈ ਠੀਕ ਹੈ ਦੂਜੀ ਗੱਲ ਇਹ ਜਦੋਂ ਇਹਨੇ ਕੰਮ ਸ਼ੁਰੂ ਕਰ ਲਿਆ ਕੱਲੇ-ਕੱਲੇ ਬੰਦੇ ਨੂੰ ਰੁਜ਼ਗਾਰ ਦੇਤਾ ਹੂੰ ਬਿਲਕੁਲ ਜਿਹਦੇ ਮੇਰੇ ਵਰਗੇ ਮਾਤੜ ਕੋਲੇ ਬਈ ਸਵਾ ਲੱਖ ਦਾ ਕੋਈ 50 ਹਜ਼ਾਰ ਦਾ ਘੋੜਾ ਸੀ ਹਾਂ ਉਹ ਘੋੜੇ ਦੀ ਆਮਦਨ ਕਿੰਨੀ ਆ ਉਹ ਘੋੜੇ ਨੂੰ ਕੀ ਖਰਾਕ ਪਾਉਂਦਾ ਇਹ ਕੋੜੇ ਤੋਂ ਕੋੜੀ ਲਵਾ ਕੇ ਮਤਲਬ ਜਿਹੜੀ ਇੱਕ ਅੰਦਰਲੀ ਗੱਲ ਸੀ ਉਹ ਨਿੱਜੀ ਗੱਲਾਂ ਸਾਰੀਆਂ ਬਾਹਰ ਕੱਢ ਮੈਂ ਕਹਿੰਨਾ ਵੀ ਪੰਜਾਬ ਦੇ ਹਰ ਬੰਦੇ ਦੇ ਵਹਿਮ ਸਖਜਿੰਦਰ ਲੋਪੋ ਨੇ ਕੱਢ ਤੇ ਕੱਢ ਤੇ ਦੂਜੀ ਗੱਲ ਇਹ ਜਦੋਂ ਸਖਜਿੰਦਰ ਲੋਪੋ ਦੀ ਤੂਤੀ ਬੋਲਣ ਲੱਗੀ ਪੰਜਾਬ ਚ ਸਖਜਿੰਦਰ ਲੋਪੋ ਵਿਵਾਦ ਦੇ ਘੇਰੇ ਚ ਆ ਗਿਆ ਬਿਲਕੁਲ ਗੱਲ ਕਿੱਥੋਂ ਚੱਲਦੀ ਹੈ ਪਰਮਿੰਦਰ ਇਹ ਬੰਦੇ ਨੇ ਜਿਵੇਂ ਸਖਜਿੰਦਰ ਲੋਪੋ ਦੀਆਂ ਤੁਸੀਂ ਸ਼ਾਇਦ ਗੱਲਾਂ ਸੁਣੀਆਂ ਹੋਣ ਸੁਣੀਆਂ ਬਿਲਕੁਲ ਇਹ ਬੰਦਾ ਭਾਵਨਾ ਵਾਲਾ ਉਨੇ ਇਹ ਗੱਲ ਜਜ਼ਬਾਤੀ ਹਨਾ ਜੱਟ ਬੂਟ ਬੰਦਾ ਆਮ ਪਿੰਡ ਚੋਂ ਉੱਠ ਕੇ ਹਰ ਬੰਦੇ ਦੇ ਬੰਬੇ ਤੱਕ ਦੇ ਜਿਹੜੇ ਵਪਾਰੀਆਂ ਤੱਕ ਬੰਦੇ ਦੇ ਜਿਹੜੇ ਜਿੰਨੇ ਵੀ ਵਿਦੇਸ਼ਾਂ ਚ ਵੀ ਨੇ ਜਿਹੜੇ ਚੰਗੇ ਘੋੜੇ ਰੱਖਦੇ ਆ ਬਿਲਕੁਲ ਉਹਨਾਂ ਤੱਕ ਆਪਦੀਆਂ ਜਿਹੜੀਆਂ ਗੱਲਾਂ ਪਹੁੰਚਾਤੀਆਂ ਆ ਸੁਣਨ ਨੂੰ ਮਿਲਦਾ ਸੀ ਵੀ ਇਹ ਕੁੜੀ ਤਾਂ ਸਲਮਾਨ ਖਾਨ ਲੈ ਕੇ ਜਾਂਦਾ ਹੈ ਜਾਂ ਫੈਨ ਹੈ ਸਲਮਾਨ ਖਾਨ ਦਾ ਸਲਮਾਨ ਖਾਨ ਇਹ ਕੁੜੀ ਦਾ ਉਹ ਗੱਲਾਂ ਨੇ ਕਿਤੇ ਜਿਹੜਾ ਲੋਕਾਂ ਦੇ ਵਿੱਚ ਵਹਿਮ ਸੀ ਉਹ ਜ਼ਰੂਰ ਕੱਢਤਾ ਸੀ ਲੋਪੋ 5 ਕਰੋੜ ਦਾ ਘੋੜਾ ਪੰਜਾਬ ਚ ਕਿਹਦੇ ਕੋਲੇ ਆ ਸਾਰੇ ਭੇਤ ਖੋਲਤੇ ਉਹ ਵੀ ਖੋਲਤੇ ਕਿਸੇ ਕੋਲੇ ਵੀ ਘੋੜਾ 5 ਕਰੋੜ ਦਾ ਨਹੀਂ ਆ ਕਿਸੇ ਘੋੜੇ ਵਾਲੇ ਨੂੰ ਇੰਨੀ ਆਮਦਨ ਨਹੀਂ ਆ ਇਹ ਬੰਦੇ ਨੇ ਵੀਡੀਓ ਚ ਭੇਤ ਖੋਲਤੇ ਜਿੱਥੋਂ ਵਿਵਾਦ ਸ਼ੁਰੂ ਹੋਇਆ ਜਿਹੜੀ ਇਹਨੇ ਚਰਚਾ ਕੀਤੀ ਵੀਡੀਓ ਚ ਆ ਕੇ ਪ੍ਰਵਿੰਦਰ ਹਾਂ ਇਹਨੇ ਇਹ ਗੱਲ ਕਹੀ ਸਕਜਿੰਦਰ ਲੋਪ ਨੇ ਕਿ ਕਿਸੇ ਵੀ ਘੋੜੇ ਦੀ ਇੰਨੀ ਰਕਮ ਨਹੀਂ ਹੁੰਦੀ ਹਾਂ ਇਹ ਇਹ ਬਿਲਕੁਲ ਉਹਨੇ ਕਿਹਾ ਸਵਾਲ ਆ ਖਦਾ ਉਹ ਲੋਪੋ ਨੇ ਇੱਥੇ ਇਹ ਵੀ ਕਿਹਾ ਸੀ ਵੀ ਜਿਹੜੇ ਆਮ ਘਰਾਂ ਦੇ ਮੁੰਡੇ ਨੇ ਉਹ ਗਲ ਗੂਠਾ ਦਿੰਦੇ ਨੇ ਘਰਦਿਆਂ ਦੇ ਜਾ ਕੇ ਵੀ 30000 ਦੀ ਬੇਚੇਰੀ ਲੈ ਕੇ 35 ਲੱਖ ਦੀ ਵਿਕੂਗੀ ਉਹਦੇ ਨਾਲ ਕੀ ਹੈ ਕਹਿੰਦਾ ਇੰਨਾ ਮਿਲਦਾ ਨਹੀਂ ਬੰਦਾ ਨੁਕਸਾਨ ਚ ਜਾ ਲੈਂਦਾ ਸਾ ਉਮੀਦਾਂ ਵੀ ਟੁੱਟ ਜਾਂਦੀਆਂ ਉਹ ਕਹਿੰਦਾ 70000 ਦੀ ਘੋੜੀ 67 ਲੱਖ ਦਾ ਬੱਚਾ ਕਿਵੇਂ ਦੇ ਦੂ ਹੈਨਾ ਵੱਡੀ ਗੱਲ ਇਹ ਆ ਫਿਰ ਦੂਜੀ ਗੱਲ ਇਹ ਆ ਜਦੋਂ ਇਹ ਨੇ ਸਾਰੀਆਂ ਚੀਜ਼ਾਂ ਅੱਗੇ ਰੱਖਤੀਆਂ ਪਰਮਿੰਦਰ ਇਹ ਨੇ ਕਈ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹਾਂ ਠੀਕ ਹੈ ਇਹ ਬੰਦਿਆਂ ਦੀ ਜਿਹੜੀ 헤ਠੀ ਕਰਦੀ 헤ਠੀ ਕਰਦੀ ਬੰਦਿਆਂ ਦੇ ਮਨ ਚ ਹੋਈ ਪਰ ਇਹ ਬੰਦਾ ਕਹਿੰਦਾ ਵੀ ਮੈਂ ਇਹ ਨਹੀਂ ਸੀ ਕਿਹਾ ਵੀ 5 ਕਰੋੜ ਦਾ ਘੋੜਾ ਹੁੰਦਾ ਨਹੀਂ ਪਰ ਮੇਰੀ ਭਾਵਨਾ ਇਹ ਸੀ ਵੀ ਜਿਹੜੇ ਜਿਹੜੇ ਘੋੜਿਆਂ ਵਾਲੇ ਇਹ ਕਹਿੰਦੇ ਮੈਂ ਕਹਤਾ ਵੀ ਮੇਰੇ ਕੋਲੇ 5 ਕਰੋੜ ਦਾ ਘੋੜਾ ਕੱਲ ਨੂੰ ਧਮਕੀ ਆਜੂ ਕੱਲ ਨੂੰ ਧਮਕੀਆਂ ਥ੍ਰੈਟ ਆਉਣ ਲੱਗੇ ਹਾਂ ਵੀ ਪੈਸੇ ਹੋ ਸਕਦਾ ਇਹਦੀ ਭਾਵਨਾ ਇਹ ਹੋਵੇ ਵੀ ਘੋੜਿਆਂ ਵਾਲੇ ਨੂੰ ਸੇਫ ਕਰਨਾ ਸੀ ਹਾਂ ਪਰ ਘੋੜਿਆਂ ਵਾਲੇ ਨੇ ਸੇਫ ਹੋਣ ਦੀ ਬਜਾਏ ਇਨੂੰ ਘੇਰੇ ਚ ਲੈ ਲਿਆ ਠੀਕ ਹੈ 모ਗੇ ਇੱਕ ਪੈਲਸ ਬੁੱਕ ਕਰਕੇ ਜਿੰਨੇ ਵੀ ਪੰਜਾਬ ਦੇ ਘੋੜਿਆਂ ਵਾਲੇ ਆ ਸਰਦਾਰ ਉਹ ਵਪਾਰੀ ਉਹਨਾਂ ਨੇ ਲਿਆ ਕੇ ਸਖਜਿੰਦਰ ਲੋਪੋ ਤੋਂ ਮਾਫੀ ਮੰਗਾਈ ਕਿ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਕਿ ਤੂੰ ਸਾਨੂੰ ਫੁਕਰੇ ਕਿਹਾ ਪਰ ਪਰਮਿੰਦਰ ਗੱਲ ਇਹ ਆ ਵੀ ਇਹ ਫੁਕਰੇ ਸ਼ਬਦ ਕਿਉਂ ਵਰਤਿਆ ਇਹ ਮਨਸ਼ਾ ਕੀ ਸੀ ਉਹਦੀ ਭਾਵਨਾ ਇਹ ਸੀ ਸੁਖਿੰਦਰ ਲੋਪੋ ਦੇ ਕਹਿਣ ਦੇ ਮੁਤਾਬਕ ਵੀ ਮੈਂ ਫੁਕਰੇ ਤਾਂ ਕਹਤਾ ਵੀ ਹਰ ਬੰਦੇ ਨੂੰ ਇਹ ਨਾ ਲੱਗੇ ਵੀ ਘੋੜਿਆਂ ਵਾਲਿਆਂ ਕੋਲੇ ਇੰਨਾ ਹੀ ਪੈਸਾ ਹੁੰਦਾ ਠੀਕ ਹੈ ਪੰਜਾਬ ਚ ਪੰਜਾਬ ਚ ਬਹੁਤ ਇਹੋ ਜਿਹੇ ਲੋਕ ਨੇ ਜਿਹੜੇ ਆਪਦੇ ਪੈਸੇ ਨੂੰ ਜਦੋਂ ਜੱਗ ਜਾਰ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਧਮਕੀਆਂ ਲੱਗੀਆਂ। ਇਸ ਦਾ ਕਾਰਨ ਕੀ ਹੋ ਸਕਦਾ ਵੀ ਇੰਨੇ ਵੱਡੇ-ਵੱਡੇ ਪੱਧਰ ਤੇ ਜਾਂ ਕਹਿ ਸਕਦੇ ਆਂ ਵੀ ਗੱਲ ਕਹਿ ਦੇਣੀ ਵੀ 35 ਲੱਖ ਦਾ ਘੋੜਾ ਹੈ, 3 ਕਰੋੜ ਦਾ ਘੋੜਾ ਹੈ, ਕੁਝ ਵੀ ਕਹਿ ਦੇਣਾ। ਇਹ ਕਾਰਨ ਕੀ ਹੈ? ਕਾਰਨ ਤਾਂ ਇਹੀ ਆ ਵੀ ਮੈਂ ਹੀ ਕਹਿ ਦੂੰਗਾ ਵੀ ਮੇਰਾ ਘੋੜਾ ਇੰਨੇ ਦਾ। ਜਦੋਂ ਮੁੱਲ ਲੱਗਣਾ ਗੱਲ ਤਾਂ ਉਹ ਆ ਨਾ। ਮੰਨ ਕੇ ਚੱਲੋ ਮੇਰੇ ਕੋਲੇ ਘੋੜਾ। ਠੀਕ ਹੈ। ਮੇਰੇ ਮੇਰੇ ਤਵੇਲੇ 'ਚ ਖੜਾ ਉਹ। ਮੈਂ ਉਹਦਾ 50 ਲੱਖ ਮੰਗਾ ਤਾਂ ਕਰੋੜ ਮੰਗਾ ਉਹ ਤਾਂ ਮੇਰੀ ਮਰਜ਼ੀ ਆ। ਗੱਲ ਤਾਂ ਵਪਾਰੀ ਤੇ ਆ ਕੇ ਖੜਦੀ ਹੈ ਨਾ ਵੀ ਉਹ ਘੋੜੇ ਦੀ ਨਸਲ ਦੇ ਕੋੜੇ ਦੇ ਜਿਹੜੀ ਡੀਲਡੋਲ ਆ ਉਹਦੇ ਹਿਸਾਬ ਦੇ ਨਾਲ ਮੁੱਲ ਲੱਗੂ ਮੁੱਲ ਲੱਗੂ ਪਰ ਸੁਖਜਿੰਦਰ ਲੋਪੋ ਨੇ ਜਿਹੜੀ ਸੁਖਜਿੰਦਰ ਲੋਪੋ ਦੀ ਵੱਡੀ ਗੱਲ ਮੈਨੂੰ ਇਹ ਲੱਗਦੀ ਆ ਵੀ ਉਹਨੇ ਬੜੀ ਨਿਮਰਤਾ ਦੇ ਨਾਲ ਮਾਫੀ ਮੰਗੀ ਝੋਲੀ ਅੱਡ ਕੇ ਮਾਫੀ ਮੰਗ ਲਈ ਉਹ ਜ਼ਰੂਰ ਕਿਤੇ ਨਾ ਕਿਤੇ ਜਜ਼ਬਾਤੀ ਕਰਕੇ ਜਜ਼ਬਾਤੀ ਕਰਦੀ ਆ ਹਾਂ ਮਾਫੀ ਮੰਗਣਾ ਮੈਂ ਵੀ ਪਹਿਲੀ ਵਾਰ ਵੀਡੀਓ ਦੇਖ ਕੇ ਹੈਰਾਨੀ ਤਾਂ ਹੋਈ ਕਿ ਅੱਜ ਦੇ ਦੌਰ ਦੇ ਵਿੱਚ ਉਹ ਪਹਿਲਾਂ ਹਜੇ ਪਹਿਲਾਂ ਵਾਲੇ ਜ਼ਮਾਨੇ ਚ ਜ਼ਰੂਰ ਦੇਖਦੇ ਹੁੰਦੇ ਸੀ ਪੈਰੀ ਪੈ ਕੇ ਮਾਫੀ ਮੰਗਵਾਈ ਨਾ ਤਰਗੜਵਾਈ ਪਰ ਅ ਅੱਜ ਦੇ ਜ਼ਮਾਨੇ 'ਚ ਆਧੁਨਿਕ ਯੁੱਗ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਹੈਰਾਨ ਕਰਦੀ ਏ ਗੱਲ ਕਿ ਕਿਵੇਂ ਝੋਲੀ ਅੱਡ ਕੇ ਕਿਸ ਤੋਂ ਮਾਫੀ ਮੰਗਵਾ ਲਈ ਸ਼ਬਦਾਂ ਨਾਲ ਮਾਫੀ ਮੰਗੀ ਹਰ ਬੰਦੇ ਤੱਕ ਨਹੀਂ ਪਹੁੰਚਦੀ ਨਹੀਂ ਪਹੁੰਚਦੀ ਝੋਲੀ ਅੱਡ ਕੇ ਮਾਫੀ ਮੰਗੀ ਹਰ ਬੰਦੇ ਦੇ ਮੂਰੇ ਜਾਂਦੀ ਹੈ ਹੈਨਾ ਦੂਜੀ ਗੱਲ ਇਹ ਆ ਵੀ ਜਦੋਂ ਇਹ ਵਿਵਾਦ 'ਚ ਆ ਗਿਆ ਹਾਂ ਉਸ ਤੋਂ ਬਾਅਦ 20 ਸਖਜਿੰਦਰ ਲੋਪੋ ਨੇ ਆਪਦੀ ਕੋਈ ਪੜਾਅਸ ਨਹੀਂ ਕੱਢੀ ਬਿਲਕੁਲ ਸ਼ਾਂਤ ਰਹਾ ਸ਼ਾਂਤ ਰਹਾ ਸਖਜਿੰਦਰ ਲੋਪੋ ਨੇ ਵਾਇਰਲ ਵੀਡੀਓ ਵੀ ਪਾਈ ਆ ਉਸ ਤੋਂ ਬਾਅਦ ਵੀਡੀਓ 'ਚ ਵੀ ਇਹ ਗੱਲ ਕਹੀ ਆ ਵੀ ਜੇ ਤੁਹਾਨੂੰ ਲੱਗਦਾ ਵੀ ਥੋੜੇ ਕਰਕੇ ਮੇਰੇ ਘਰ ਦੀ ਰੋਟੀ ਚੱਲਦੀ ਆ ਠੀਕ ਆ ਤਾਂ ਤੁਸੀਂ ਮੈਨੂੰ ਕੰਮ ਨਾ ਦਿਓ ਸਹੀ ਆ ਸਖਜਿੰਦਰ ਲੋਪੋ ਦੇ ਬੋਲ ਨੇ ਵੀ ਜਿਹੜਾ ਮੇਰੇ ਨਾਲ ਪਰਿਵਾਰ ਰੁੱਸਿਆ ਸੀ ਹਮ ਸਰਦਾਰ ਘੋੜਿਆਂ ਦੇ ਸਰਦਾਰ ਜਾਂ ਜਿੰਨੇ ਵਪਾਰੀ ਨੇ ਜਿਹੜੇ ਉਹਦੇ ਨਾਲ ਨਾਰਾਜ਼ ਸੀ ਜਿਨ੍ਹਾਂ ਨੂੰ ਐਂ ਲੱਗਦਾ ਵੀ ਸਖਜਿੰਦਰ ਲੋਪੋ ਨੇ ਫੋਕਰਾ ਸਾਨੂੰ ਕਿਹਾ ਹਾਂ ਉਹ ਬੰਦਾ ਮੈਨੂੰ ਕੰਮ ਨਾ ਦੇਵੇ ਠੀਕ ਹੈ ਬਿਲਕੁਲ ਵੀ ਜੇ ਤੁਹਾਨੂੰ ਲੱਗਦਾ ਜੀ ਲੱਗਦਾ ਸਿਕਜਿੰਦਰ ਲੋਪੋ ਦੇ ਇੱਕ ਹੋਰ ਬਹੁਤ ਸੋਹਣੀ ਗੱਲ ਲੱਗੀ ਮੈਨੂੰ ਹਾਂ ਬਾਈ ਜੀ ਉਹਨੇ ਇਹ ਗੱਲ ਕਹੀ ਵੀ ਮੈਂ ਘੋੜੇ ਵਾਲਿਆਂ ਦਾ ਕਿਸੇ ਦਾ ਸ਼ਰੀਕ ਨਹੀਂ ਬਣਿਆ ਜਿਹੜਾ ਕੰਮ ਮੈਂ ਅੱਜ ਤੋਂ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਮੈਂ ਉਹੀ ਕੰਮ ਰੱਖਿਆ ਉਹੀ ਰੱਖਿਆ ਮੇਰੇ ਕੋਲੇ ਆਈਡੀਆ ਬਹੁਤ ਸੀ ਮੈਂ ਸ਼ੌਂਕੀ ਸਰਦਾਰ ਦੇ ਨਾਂ ਤੇ ਘੋੜੀਆਂ ਦਾ ਜਸਮਾਨੀ ਵੇਚਣ ਲੱਗ ਜਾ ਤਾਂ ਮੇਰੇ ਕੋਲੇ ਉਹ ਵੀ ਕੰਮ ਨਹੀਂ ਸੀ ਮੁੱਕਣ ਬਿਲਕੁਲ ਮੈਂ ਸ਼ੌਂਕੀ ਸਰਦਾਰ ਦਾ ਥੱਪਾ ਲਾ ਕੇ ਘੋੜੀਆਂ ਦੇ ਘੋੜਿਆਂ ਦੇ ਜਿਹੜਾ ਉਹਨਾਂ ਦੇ ਹਾਰ ਸ਼ਿੰਗਾਰ ਆਸਤੀ ਚੀਜ਼ਾਂ ਚਾਹੀਦੀਆਂ ਨੇ ਹਨਾ ਚਾਹੇ ਉਹ ਕਾਠੀ ਆ ਚਾਹੇ ਗਲ ਚ ਪਾਉਣ ਵਾਸਤੇ ਆ ਹਨਾ ਕੁਝ ਵੀ ਆ ਹਾਂ ਉਹਦੇ ਤੇ ਸ਼ੌਂਕੀ ਸਰਦਾਰ ਦਾ ਥੱਪਾ ਲਾ ਕੇ ਜੇ ਮੈਂ ਵੇਚਾਂ ਤਾਂ ਮੇਰਾ ਰਜਗਾਰ ਬਹੁਤ ਸੋਹਣਾ ਚੱਲਦਾ ਮੈਨੂੰ 20000 ਰੁਪਏ ਦੀ ਪੇਡ ਪ੍ਰਮੋਲ ਪੇਡ ਪ੍ਰਮੋਸ਼ਨ ਕਰਕੇ ਠੱਕੇ ਖਾਂ ਦੀ ਲੋੜ ਨਹੀਂ ਦੂਜੀ ਗੱਲ ਉਹ ਵੀ ਜਿਹੜਾ ਘੋੜੀ ਨੂੰ ਜਿਹੜਾ ਕਰਾਸ ਕਰਵਾਉਂਦੇ ਨੇ ਠੀਕ ਹੈ। ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਦੋ ਘੋੜੇ ਅੰਮ੍ਰਿਤਸਰ ਏਰੀਆ 'ਚ ਰੱਖਦਾ। ਦੋ ਫਾਇਲ ਕੈਰੀਅਰ 'ਚ ਘੋੜੇ ਰੱਖਾਂ। ਦੋ ਘੋੜੇ ਮੈਂ ਲੁਧਿਆਣੇ, ਚੰਡੀਗੜ੍ਹ, ਮੁਹਾਲੀ ਰੱਖਾਂ। ਠੀਕ ਹੈ। ਮੇਰਾ ਕੰਮ ਤਾਂ ਉਹੀ ਨਹੀਂ ਸੀ ਮੁਕਣਾ। ਬਿਲਕੁਲ। ਪਰ ਉਹ ਕਹਿੰਦਾ ਵੀ ਮੈਂ ਕਿਸੇ ਦੀ ਰੋਟੀ 'ਚ ਲੱਤ ਮਾਰ ਕੇ ਸ਼ਰੀਕ ਨਹੀਂ ਬੰਨਣਾ। ਠੀਕ ਹੈ। ਆਪਦੀ ਮਿਹਨਤ ਦਾ ਖਾਣਾ। ਜਿੰਨਾ ਖਾਣਾ ਉਹ ਆਪਦੇ ਘੇਰੇ 'ਚ ਰਹਿ ਕੇ ਖਾਣਾ। ਹੂੰ। ਜਿੰਨਾ ਮੈਨੂੰ ਆਈ ਜਾਂਦਾ ਮੈਨੂੰ ਠੀਕ ਆ। ਪਰ ਅੱਜ ਬੰਦੇ ਨੇ ਮੈਨੂੰ ਸੱਦਿਆ ਪੈਂਡ ਅੱਜ ਤਾਂ ਮੈਂ ਉਹਨੂੰ 20 ਹਜ਼ਾਰ ਦੇ ਕੇ ਇਹ ਕਹਤਾ ਵੀ ਸੁਖਜਿੰਦਰ ਆ ਮੇਰਾ ਘੋੜਾ ਹਾਂ ਇਹ ਘੋੜੇ ਨੂੰ ਤੂੰ ਪ੍ਰਮੋਟ ਕਰ ਦੇ ਵੀ ਜੇ ਕਿਸੇ ਨੇ ਘੋੜੀ ਲਵਾਉਣੀ ਆ ਕ੍ਰਾਸ ਕਰਾਉਣੀ ਆ ਤਾਂ ਮੈਂ ਇੰਨੇ ਪੈਸੇ ਲੈਣਾ ਤਾਂ ਮੈਨੂੰ ਆ ਕੇ ਇੰਨੇ ਪੈਸੇ ਦੇ ਕੇ ਤੇ ਮੇਰੀ ਪ੍ਰਮੋਸ਼ਨ ਕਰ ਦੇ ਠੀਕ ਹੈ ਦੂਜੀ ਗੱਲ ਇਹ ਕਹਿੰਦਾ ਇੱਕ ਬੰਦਾ ਤਾਂ ਮੈਨੂੰ 20 ਹਜ਼ਾਰ ਰੁਪਈਆ ਦੇ ਕੇ ਪ੍ਰਮੋਸ਼ਨ ਕਰਾਈ ਜਾਂਦਾ ਅੱਛਾ ਉਸੇ ਏਰੀਏ 'ਚ ਕਹਿੰਦਾ ਮੈਂ ਆਪਦਾ ਘੋੜਾ ਛੱਡ ਕੇ ਉਹਦਾ ਰਜਗਾਰ ਬੰਦ ਕਰ ਲਾਂ ਇਹ ਵੀ ਆ ਇਨਸਾਫ ਨਹੀਂ ਨਾ ਹੈ ਨਹੀਂ ਬਿਲਕੁਲ ਸਜਿੰਦਰ ਲੋਪੋ ਦੀਆਂ ਕੱਲੇ-ਕੱਲੇ ਸ਼ਬਦਾਂ ਤੇ ਜੇ ਤੁਸੀਂ ਧਿਆਨ ਦਿਓਗੇ ਬੰਦੇ ਦੀ ਭਾਵਨਾ ਮਨਸ਼ਾ ਜਾਂ ਉਹਦੇ ਆਈਡੀਆ ਇਹ ਨਹੀਂ ਸੀ ਵੀ ਜਿੰਨੇ ਵੀ ਘੋੜਿਆਂ ਵਾਲੇ ਸਰਦਾਰ ਆ ਉਹਨਾਂ ਨੂੰ ਨੀਵਾ ਬਖਾਵਾਂ ਹਮ ਸਮਝਣ ਵਾਲੇ ਸਮਝ ਜਾਂਦੇ ਨੇ ਹਮ ਇੱਕ ਨੁਕਤੇ ਨੇ ਮਹਿਰਮ ਸੇ ਮੁਜਰਮ ਕਰ ਦਿਆ ਹਮ ਹਮ ਦੁਆ ਲਿਖਤੇ ਰਹੇ ਉਹ ਦਗਾ ਪੜਤੇ ਰਹੇ ਕੀ ਬਾਤ ਉਹਨੇ ਉਹਦੀ ਭਾਵਨਾ ਹੋਰ ਸੀ ਉਹ ਨੇ ਸਖਜਿੰਦਰ ਲੋਪੋ ਦੇ ਵਿੱਚ ਕੀ ਗਿਆ ਪਰ ਸਖਜਿੰਦਰ ਲੋਪੋ ਨੇ ਕਿਹਾ ਸੀ ਵੀ ਘੋੜਿਆਂ ਵਾਲੇ ਜਿੰਨੇ ਵੀ ਵਪਾਰੀ ਨੇ ਉਹਨਾਂ ਕੋਲੇ ਚਾਹੇ ਪੈਸਾ ਹੈ ਚਾਹੇ ਨਹੀਂ ਉਹਨਾਂ ਨੂੰ ਕਿਤੇ ਨਾ ਕਿਤੇ ਮੈਂ ਸੇਫ ਕਰਕੇ ਰੱਖਾਂ ਬਈ ਅਕਸਰ ਕਹਿ ਦਿੰਦੇ ਨੇ ਪੈਸਾ ਤੁਹਾਨੂੰ ਦੌਲਤ ਤਾਂ ਗੁੱਝੀ ਰਹਿਣ ਚੰਗੀ ਗੱਲ ਹੈ ਲੋਕਾਂ ਨੂੰ ਭੇਤ ਨਾ ਆਵੇ ਭੇਤਨਾ ਦੇਵੇ ਪਰ ਸਖਜਿੰਦਰ ਲੋਪੋ ਦਿਨ ਬਰ ਦਿਨ ਵਿਵਾਦਾਂ ਦੇ ਘੇਰੇ ਚ ਆ ਕੇ ਅੱਜ ਸਖਜਿੰਦਰ ਲੋਪੋ ਜੇਲਾ ਦੀਆਂ ਸਲਾਖਾਂ ਹੇਟਾ